Villains are the best romantic actors. ਅਜ ਮੈਂ ਹੈਗਾ ਥੋੜਾ ਫਿਲਮੀ ਤੇ ਬਹੁਤ ਕੰਫਰਟੇਬਲ ਸੀ ਸਰ ਮੈਨੂੰ ਆਪ ਕਹਿੰਦੇ ਮੈਂ ਕਦੇ ਵੀ ਕਿਸੇ ਵੀ ਫੀਮੇਲ ਕੈਰੈਕਟਰ ਨਾਲ ਮਤਲਬ ਆਪਣੇ ਆਰਟਿਸਟ ਨਾਲ ਇੰਨਾ ਵਧੀਆ ਮਤਲਬ ਲਾਈਕ ਟਾਈਮ ਸਪੈਂਡ ਨਹੀਂ ਕੀਤਾ ਆਪਾਂ ਬਹੁਤ ਫਨ ਆਪਾਂ ਬਹੁਤ ਰਿਲੈਕਸ ਹੋ ਕੇ ਸ਼ੂਟ ਕੀਤਾ ਜਾਂ ਮੈਂ ਇਹਨੂੰ ਕਹਿਣਾ ਵੀ ਕਾਲੀ ਘਾਟੀ ਕੇ ਪਿੱਛੇ ਵਾਲੇ ਕਾਲੀ ਮਾਤਾ ਕੇ ਮੰਦਰ ਕੇ ਆ ਗਏ ਅਸੀਂ ਸਿੱਧਾ ਕੁਛ ਕਹਿੰਦੇ ਨਹੀਂ ਸੀ ਵੀ ਇੰਨੇ ਵਜੇ ਸ਼ੂਟ ਆ ਜਾਂ ਆਏ ਆ ਜਾਂ ਆਏ ਆ ਉਹਦੇ 'ਚ ਮੈਸੇਜ ਹੀ ਐਂ ਆਉਂਦਾ ਹੁੰਦਾ ਸੀਗਾ ਵੀ ਕਾਲੀ ਪਹਾੜੀ ਕੇ ਪਿੱਛੇ 7 ਵਜੇ ਪਹੁੰਚ ਜਾਓ ਸਭ ਤੇ ਮੈਂ ਇਹਨੂੰ ਕਿਹਾ ਵੀ ਮੈਨੂੰ ਤਾਂ ਐਂ ਡਾਂਸ ਜਾ ਆਉਂਦਾ ਇਹਨੇ ਹਿਚਕਚਾਉਣ ਦਿੱਤਾ ਨਹੀਂ ਵੀ ਭੂਮਿਕਾ ਇੱਕ ਅਲੱਗ ਕਰੈਕਟਰ ਦੇਖਣ ਨੂੰ ਮਿਲਿਆ ਤੁਹਾਨੂੰ ਇੱਕ ਕਹਿ ਸਕਦੇ ਹਾਂ ਕਿ ਜਿਵੇਂ ਸਕਰੀਨ 'ਤੇ ਕੰਮ ਕੀਤਾ ਉਹਨਾਂ ਨੇ ਇੱਕ ਅਲੱਗ ਕਰੈਕਟਰ ਵੀ ਇੱਥੇ ਪਲੇ ਕੀਤਾ ਜਿਵੇਂ ਰੋਮੈਂਸ ਜਿਨ ਸ਼ਾਇਦ ਕਿਸੇ ਮੂਵੀ ਦੇ ਵਿੱਚ ਉਹਨਾਂ ਨੇ ਨਹੀਂ ਕੀਤਾ ਸੀ ਜਦੋਂ ਸੀਨ ਹੁੰਦੇ ਸੀਗੇ ਕਿ ਕੰਫਰਟੇਬਲ ਕਿ ਉਹ ਉਸ ਤਰ੍ਹਾਂ ਦਾ ਲੱਗਦਾ ਸੀ ਕਿ ਵੀ ਧਾਕੜੀ ਆ ਜਾਂ ਫਿਰ ਉਸ ਤਰ੍ਹਾਂ ਉਸ ਵਕਤ ਅੱਖਾਂ ਦੇ ਵਿੱਚ ਪਿਆਰ ਨਜ਼ਰ ਆਉਂਦਾ ਸੀ ਉਹ ਉਸ ਤਰ੍ਹਾਂ ਦਾ ਕਿਉਂਕਿ ਇਹ ਵਾਜ਼ ਆਪਾਂ ਫਸਟ ਟਾਈਮ ਇਹ ਮੂਵੀ ਦੇ ਰਿਗਾਰਡਿੰਗ ਹੀ ਮੈਂ ਸਰ ਨੂੰ ਪਛਾਣਨ ਲੱਗੀ ਹਾਂ ਅਤੇ ਜਦੋਂ ਮੈਨੂੰ ਸਰ ਮਿਲੇ ਮੇਰੇ ਦਿਮਾਗ 'ਚ ਵੀ ਇੱਕ ਇਮੇਜ ਸੀਗੀ ਵੀ ਸ਼ਾਇਦ ਕਿਤੇ ਕੋਈ ਇੰਨਾ ਕ੍ਰੈਂਕੀ ਔਰ ਸਮਥਿੰਗ ਕੋਈ ਇਹੋ ਜਿਹਾ ਨਾ ਹੋਵੇ ਵੀ ਸਾਹਮਣੇ ਉਹ ਕਿਤੇ ਐਂ ਲੱਗੇ ਹਾਂ ਕਿਉਂਕਿ ਆਪਾਂ ਸਾਰਿਆਂ ਨੇ ਸਰ ਨੂੰ ਮਤਲਬ ਉਹ ਉੱਦਾਂ ਦੇ ਰੋਲ 'ਚ ਦੇਖਿਆ ਬਟ ਵਿਲਨਸ ਆਰ ਦ ਬੈਸਟ ਰੋਮਾਂਟਿਕ ਐਕਟਰਸ ਇਹ ਮੈਨੂੰ ਸੱਚੀ ਸੱਚੀ ਇੱਦਾਂ ਲੱਗਦਾ ਵੀ ਇਹ ਤਾਂ ਮੈਂ ਸਰ ਨਾਲ ਬਹੁਤ ਕੰਫਰਟੇਬਲ ਸੀ ਸਰ ਮੈਨੂੰ ਆਪ ਕਹਿੰਦੇ ਮੈਂ ਕਦੇ ਵੀ ਕਿਸੇ ਵੀ ਫੀਮੇਲ ਕੈਰੈਕਟਰ ਨਾਲ ਮਤਲਬ ਆਪਣੇ ਆਰਟਿਸਟ ਨਾਲ ਇੰਨਾ ਵਧੀਆ ਮਤਲਬ ਲਾਈਕ ਟਾਈਮ ਸਪੈਂਡ ਨਹੀਂ ਕੀਤਾ ਆਪਾਂ ਬਹੁਤ ਫਨ ਆਪਾਂ ਬਹੁਤ ਰਿਲੈਕਸ ਹੋ ਕੇ ਸ਼ੂਟ ਕੀਤਾ ਆਪਾਂ ਨੂੰ ਇੱਕ ਵਾਰ ਵੀ ਇੱਦਾਂ ਨਹੀਂ ਲੱਗਿਆ ਕਿ ਵੀ ਹਾਂ ਕੋਈ ਇਹੋ ਜਿਹਾ ਸੀਨ ਲਾਈਕ ਕਿ ਸਰ ਉਹ ਜੇ ਨਹੀਂ ਹੈ ਬਹੁਤ ਜ਼ਿਆਦਾ ਚਿਲ ਨੇ ਸਰ ਹੁਣ ਤੁਸੀਂ ਦੱਸੋਗੇ ਸਰ ਤੁਸੀਂ ਆਪਣੇ ਚਿਲ ਕਿਉਂ ਅਜ ਮੈਂ ਹੈਗਾ ਥੋੜਾ ਫਿਲਮੀ ਤੇ ਉਹ ਜਦੋਂ ਕਿਤੇ ਗੱਲਬਾਤ ਹੁੰਦੀ ਜਾਂ ਆਪਾਂ ਮੈਸੇਜ ਕਰਦੇ ਜਾਂ ਕਹਿਣਾ ਕੋਈ ਗੱਲ ਕਹਿਣੀ ਤਾਂ ਇਹਨੂੰ ਮੈਂ ਕਿਆ ਕਰਨਾ ਵੀ ਬੌਸ ਮਾਲ ਪਹੁੰਚ ਚੁੱਕਾ ਹੈ ਜਾਂ ਮੈਂ ਇਹਨੂੰ ਕਹਿਣਾ ਵੀ ਕਾਲੀ ਘਾਟੀ ਕੇ ਪਿੱਛੇ ਵਾਲੇ ਕਾਲੀ ਮਾਤਾ ਕੇ ਮੰਦਰ ਕੇ ਆ ਗਏ ਵੀ ਉੱਥੇ ਮਾਹੌਲ ਇੱਦਾਂ ਦਾ ਬਣ ਗਿਆ ਮਨੀਸ਼ ਜੀ ਵੀ ਆਈ ਆ ਜਿਹੜਾ ਸਾਡਾ ਗਰੁੱਪ ਬਣਿਆ ਵਾ ਸੀ ਅਸੀਂ ਸਿੱਧਾ ਕੁਛ ਕਹਿੰਦੇ ਨਹੀਂ ਸੀ ਵੀ ਇੰਨੇ ਵਜੇ ਸ਼ੂਟ ਆ ਜਾਂ ਆਏ ਆ ਜਾਂ ਆਏ ਆ ਉਹਦੇ 'ਚ ਮੈਸੇਜ ਹੀ ਐਂ ਆਉਂਦਾ ਹੁੰਦਾ ਸੀਗਾ ਵੀ ਕਾਲੀ ਪਹਾੜੀ ਕੇ ਪਿੱਛੇ 7 ਵਜੇ ਪਹੁੰਚ ਜਾਓ ਸਭ ਕਾਲ ਟਾਈਮ ਦਾ ਇੱਦਾਂ ਸੀਗਾ ਉੱਦਾਂ ਦਾ ਮਾਹੌਲ ਬਣਿਆ ਹੋਇਆ ਸੀ ਬਾਕੀ ਬਹੁਤ ਵਧੀਆ ਮੈਨੂੰ ਅਸਲ 'ਚ ਮੈਂ ਥੋੜ੍ਹਾ ਹਿਚਕਚਾਉਂਦਾ ਸੀਗਾ ਪਰ ਇਹਨੇ ਪਹਿਲਾਂ ਜਿਵੇਂ ਗਾਣੇ ਵੀਡੀਓ ਵਗੈਰਾ ਕੀਤੇ ਆ ਉਹ ਅਤੇ ਮੈਂ ਇਹਨੂੰ ਕਿਹਾ ਵੀ ਮੈਨੂੰ ਤਾਂ ਐਂ ਡਾਂਸ ਜਿਹਾ ਆਉਂਦਾ ਨਹੀਂ ਹਾਂ ਇਹਨੇ ਹਿਚਕਚਾਉਣ ਦਿੱਤਾ ਨਹੀਂ ਵੀ ਮੈਨੂੰ ਐਂ ਲੱਗਣ ਨਹੀਂ ਦਿੱਤਾ ਵੀ ਇੱਕ ਜਿਵੇਂ ਮੈਂ ਪਹਿਲੀ ਵਾਰੀ ਕੰਮ ਕਰ ਰਿਹਾ ਸੀ ਭੂਮਿਕਾ ਨਾਲ ਅਤੇ ਉੱਥੇ ਮਾਹੌਲ ਹੀ ਇੱਦਾਂ ਦਾ ਸੀ ਇਹਨੂੰ ਡਾਂਸ ਡੂੰਸ ਆਉਂਦਾ ਅਤੇ ਮੈਨੂੰ ਆਉਂਦਾ ਨਹੀਂ ਸੀ ਫਿਰ ਇਹ ਬਾਂਹ ਬੂੰਹ ਫੜ ਕੇ ਆਪ ਹੀ ਸਟੈਪ ਜਿਹਾ ਕਰਾ ਜਾਂਦੀ ਸੀ ਮੇਰੇ ਕੋਲ ਬਹੁਤ ਵਧੀਆ ਮਾਹੌਲ ਰਿਹਾ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 Wood ਅਤੇ ਬੈੱਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ